बंद कर दिने सारा कुछ ठीक है कौन दा खलो रौला रप्पा कोई नहीं भाजी आ जिहड़ा घर तुसीं देख दिखा सकदे सारिआं नूं इत्थे गलत काम हुंदा पिछले दो ढाई सालां तों असीं तीन चार वारी सारे महल्ले वालिआं ने एमसी भाजी होणी सारिआं ने इकट्ठे हो के एप्लीकेशनां भी दित्तियां साडी किते कोई सुनवाई नहीं होई मैनू सब तो ज़्यादा प्रॉब्लम इस करके आ जी मेरी नाल कंध लगती है जो असी घर हों मेरे हसबेंड बहर आ कोई ना कोई जो बच्चे बहर खेडते होंगे कोई बंदा वड़े आता साढ़े अंदर जी नशे ना टुन होंगे बंदे दो चार बारी जी असी कुटे भी आ महल्ले वाले जिन्हें भी जेंट्स से लेडीज़ से सारे कट्ठे होए सारे ने दरखास्तां भी दित्तियां बहुत कोशिशां कर लिया नहीं अज की होया जी दुपहरे मैं जस्ट पानी पीण आई हाँ अपने काम तो धुप सीगी तो मैं चल पानी पी के घरों मैं चली जानी वापस मैं पानी पीण लई अरल लगाई पानी पीण गई हाँ अंदर तो उन्नी देर च दो नशे नाल धुत मुंडे अंदर वड़िया है जी मेरे बैडरूम तक तो मेरे को सीसीटीवी कैमरे दियाँ सारिया रिकॉर्डिंग्स पईआं मैं मगर भज्जी भी हाँ टी शर्ट भी वो फट गई है और ये बहर आ गई कि उन्होंने छड़ दो रहन दो जान दो भाजी कि जानती है असी तो वो समाज च रहने जिथे इन चीज़ों असी लाइक नहीं करते साडे लिए तो बहुत ज़्यादा डुब के मरन वाली गल आ लोग तो दरवाजा खड़का के पुछते भी रेट दस्यो जी किन्ने बजे खुलना रेट दसो ਤੁਸੀਂ ਸੋਚੋ ਇਹ ਕਿੰਨੀਆਂ ਘਟੀਆਂ ਗੱਲਾਂ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਇਹਦੇ ਬਾਰੇ ਫਿਰ ਤੁਸੀਂ ਗਾਂ ਕਿਸੇ ਨੂੰ ਭਾਜੀ ਬਹੁਤ ਅਪੀਲਾਂ ਕੀਤੀਆਂ ਭਾਜੀ ਹੁਣੀ ਨਾਲ ਜਾਂਦੇ ਰਹੇ ਥਾਣੇ ਵਾਲੇ ਕੁਛ ਨਹੀਂ ਕਰਦੇ ਕੁਛ ਵੀ ਨਹੀਂ ਕਰਦੇ ਇਹ ਜਨਾਨੀ ਨੇ ਹਰ ਵਾਰੀ ਸਾਨੂੰ ਟੌਰਚਰ ਕੀਤਾ ਅੱਜ ਹੁਣ ਮੈਂ ਸਾਹਮਣੇ ਆਈ ਮੈਨੂੰ ਕੋਈ ਇਹਦੇ ਵਿੱਚ ਸ਼ਰਮ ਦੀ ਗੱਲ ਨਹੀਂ ਹੈ ਜੀ ਆਪਣੇ ਹੱਕ ਲਈ ਲੜ ਰਹੇ ਹਾਂ ਅਸੀਂ ਆਪਣੇ ਮਹੱਲੇ 'ਚ ਗੰਦ ਨਹੀਂ ਪਾਉਣਾ ਚਾਹੁੰਦੇ ਤੇ ਕਿੰਨਾ ਚਾਂਸ ਹੋਇਆ ਜੀ ਤੁਹਾਡੇ ਮਹੱਲੇ 'ਚ ਆ ਪੰਜਵਾਂ ਛੇਵਾਂ ਚਾਂਸ ਹੈ ਜੀ ਤੇ ਪਹਿਲਾਂ ਪੁਲਿਸ ਪਹਿਲਾਂ ਤਿੰਨ ਚਾਂਸ ਹੋ ਗਏ ਘਰੇ ਜਿਹੜੇ ਅੰਦਰ ਵੜਦੇ ਰਹੇ ਮੁੰਡੇ ਹਾਂਜੀ ਪੁਲਿਸ ਨੂੰ ਅਸੀਂ ਐਨ ਮੌਕੇ 'ਤੇ ਵੀ ਸੱਦਿਆ ਜੀ ਬੰਦੇ ਵੀ ਫੜਾਏ ਜਿਹੜੇ ਫੜ ਹੋਏ ਕੁੱਟ ਕੇ ਮੈਂ ਇਕੱਲੀ ਜਨਾਨੀ ਨੇ ਭੱਜ ਕੇ ਫੜੇ ਵੀ ਆ ਪੁਲਿਸ ਨੇ ਕੁਛ ਨਹੀਂ ਕੀਤਾ ਉਹ ਪਤਾ ਨਹੀਂ ਤਾਂ ਇਹ ਪੈਸੇ ਚੜਾ ਆਉਂਦੀ ਕੀ ਕਰੇ ਆਉਂਦੀ ਸਾਨੂੰ ਨਹੀਂ ਪਤਾ ਹੁਣ ਇਹ ਭਾਜੀ ਅੱਜ ਇਹ ਜਾਂ ਤਾਂ ਵਿਹਲਾ ਕਰੂਗੀ ਇਹ ਰਹੂਗੀ ਮਹੱਲੇ 'ਚ ਅਤੇ ਜਾਂ ਫਿਰ ਮਹੱਲੇ ਵਾਲੇ ਰਹਿਣਗੇ ਤੁਸੀਂ ਇਹ ਦੇਖ ਲਓ ਇਹ ਇਕੱਲੀ ਅਤੇ ਮਹੱਲਾ ਕਿੰਨਾ ਅੱਜ ਇਹਨੂੰ ਕੱਢਣਾ ਆਇਆ ਅਤੇ ਲੋਕ ਲਾਉਣਗੇ ਐਮ ਸੀ ਭਾਜੀ ਇਹਦੇ ਘਰ ਦੇ ਬਾਹਰ ਜਦੋਂ ਇਹ ਤਾਂ ਵਿਕ ਗਿਆ ਜਿਹਨੂੰ ਵੇਚੂਗੀ ਉਹਨੂੰ ਚਾਬੀ ਆਪਾਂ ਸਪੁਰਦ ਕਰ ਦੇਵਾਂਗੇ ਅਸੀਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ ਪੁਲਿਸ ਕੋਈ ਮਦਦ ਕਰੇ ਨਾ ਕਰੇ ਮੇਰੀ ਆਪਣੀ ਆ ਮੈਂ ਨਹੀਂ ਰਹਿਣ ਦੇਣੀ ਇੱਥੇ ਅਸੀਂ ਗੰਦ ਨਹੀਂ ਪਾਉਣਾ ਇੱਥੇ ਐਕਚੁਅਲੀ ਇੱਥੇ ਗਲਤ ਕੰਮ ਹੁੰਦੇ ਆ ਗਲਤ ਰੈਕਟਸ ਵਗੈਰਾ ਚੱਲਦੇ ਅਤੇ ਪਿਛਲੇ ਸਾਲ ਡੇਢ ਸਾਲ ਤੋਂ ਕੰਟੀਨਿਊਸਲੀ ਇਹ ਸਾਨੂੰ ਜਿਹੜੀ ਦਿੱਕਤ ਸੀਗੀ ਮਹੱਲੇ ਵਾਲਿਆਂ ਨੂੰ
ਰੀਸੈਂਟਲੀ ਜਿੱਦਾਂ ਹੁਣ ਬੰਦੇ ਇਹਨਾਂ ਦੇ ਘਰ ਆਉਂਦੇ ਆ ਉਹ ਸ਼ੱਕ ਪੈ ਜਾਂਦਾ ਜਾਂ ਉਹਨਾਂ ਨੂੰ ਗਲਤੀ ਲੱਗ ਜਾਂਦੀ ਨਾਲ ਦੇ ਘਰਾਂ 'ਚ ਲੋਕਾਂ ਦੇ ਘਰਾਂ 'ਚ ਆ ਕੇ ਵੜ ਜਾਂਦੇ ਕਿਉਂ ਤੁਹਾਨੂੰ ਪਤਾ ਵੀ ਜਿੱਥੇ ਇੱਦਾਂ ਦਾ ਕੰਮ ਹੋਣਾ ਉੱਥੇ ਨਸ਼ੇੜੀ ਬੰਦੇ ਨੇ ਵੀ ਆਉਣਾ ਗਲਤ ਬੰਦੇ ਨੇ ਵੀ ਆਉਣਾ ਕੰਟੀਨਿਊਸਲੀ ਪਿਛਲੇ ਸਾਲ ਦੇ ਦੋ ਸਾਲਾਂ ਤੋਂ ਨਾ ਚੋਰੀਆਂ ਦੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਵੀ ਜਿਹੜੀਆਂ ਬਹੁਤ ਵੱਧ ਗਈਆਂ ਦੋ ਤਿੰਨ ਸਾਲਾਂ ਤੋਂ ਦੋ ਤਿੰਨ ਵਾਰੀ ਤਾਂ ਇੱਦਾਂ ਦਾ ਵੀ ਜੋ ਅੱਜ ਇੰਸੀਡੈਂਸ ਹੋਇਆ ਪਹਿਲਾਂ ਵੀ ਹੋਇਆ ਕੰਪਲੇਂਟਾਂ ਵੀ ਦਿੱਤੀਆਂ ਹਰੇਕ ਅਥਾਰਟੀ ਤੱਕ ਪਹੁੰਚ ਕੀਤੀ ਪਰ ਕੀ ਹੈ ਕਿਸੇ ਨਾ ਕਿਸੇ ਚੀਜ਼ਾਂ ਤੋਂ ਪ੍ਰਸ਼ਾਸਨ ਦੇ ਕਹਿ ਲਓ ਹੱਥ ਬੰਨੇ ਹੋਏ ਆ ਜਾਂ ਕੋਈ ਜੋ ਵੀ ਹੈ ਅਤੇ ਉਹ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਨਹੀਂ ਦਿੰਦਾ ਪਿਆ ਸੋ ਅੱਜ ਫਿਰ ਹੁਣ ਇਕੱਲੇ ਮੈਡਮ ਰਹਿੰਦੇ ਨੇ ਹਸਬੈਂਡ ਬਾਹਰ ਆ ਇੱਥੇ ਹਰੇਕ ਲੇਡੀ ਜਿਹੜਾ ਸਾਡੇ ਮੁਹੱਲੇ 'ਚ ਮੋਸਟਲੀ ਬੰਦੇ ਜਿਹੜੇ 12 'ਚ ਆ ਜਾਂ ਕੰਮਾਂ ਕਾਰ ਕਰਦੇ ਆ ਸ਼ਾਮ ਨੂੰ 5-5, 6-6 ਵਜੇ ਘਰਾਂ 'ਚ ਆਉਂਦੇ ਸੋ ਲੇਡੀਜ਼ ਇਕੱਲੀਆਂ ਹੁੰਦੀਆਂ ਲੇਡੀਜ਼ ਜਿਹੜੀਆਂ ਇਨਸਿਕਿਓਰ ਫੀਲ ਕਰਦੀਆਂ ਕੋਈ ਤੀਜਾ ਬੰਦਾ ਘਰ 'ਚ ਆ ਗਿਆ ਮੰਨ ਲਓ ਕਿਸੇ ਵੀ ਮੋਟਿਵ ਦੇ ਨਾਲ ਆਇਆ ਜੇ ਇਹਨਾਂ ਦੇ ਨਾਲ ਮਿਸਐਪ ਨਹੀਂ ਕੋਈ ਹੁੰਦੀ ਆ ਤਾਂ ਉਹਦਾ ਜ਼ਿੰਮੇਵਾਰ ਵੀ ਤਾਂ ਪ੍ਰਸ਼ਾਸਨ ਹੀ ਹੋਊਗਾ ਜੇ ਮੰਨ ਲਓ ਅੱਜ ਇਹਨਾਂ ਦੇ ਘਰ ਕੋਈ ਵੜ ਗਿਆ ਕੋਈ ਵਾਰਦਾਤ ਕਰ ਦਿੰਦਾ ਸੱਟ ਮਾਰ ਕੇ ਚੱਲ ਜਾਂਦਾ ਕੋਈ ਲੁੱਟ ਖੋਹ ਕੇ ਲੈ ਜਾਂਦਾ ਉਹ ਵੀ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਸੋ ਜੇ ਹੁਣ ਪ੍ਰਸ਼ਾਸਨ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਅੱਜ ਹੁਣ ਇਹੀ ਐਗਰੀ ਆ ਵੀ ਇੱਥੇ ਮੈਂ ਆਪਣਾ ਲੋਕ ਲਾਊਂਗਾ ਜਿਹਨੂੰ ਇਹ ਮਕਾਨ ਵਿਕ ਗਿਆ ਉਹ ਬੰਦਾ ਮੇਰੇ ਤੋਂ ਆ ਕੇ ਚਾਬੀ ਲੈ ਜੇ ਮੈਂ ਔਨ ਰਿਕਾਰਡ 5 ਕੈਮਰੇ ਦੇ ਸਾਹਮਣੇ ਕਹਿੰਦਾ ਪਿਆ ਜਿਹੜੇ ਵੀ ਬੰਦੇ ਨੇ ਆ ਮਕਾਨ ਲਿਆ ਆ ਉਹ ਮੇਰੇ ਤੋਂ ਆ ਕੇ ਚਾਬੀ ਲੈ ਲਵੇ ਜਦੋਂ ਮਰਜ਼ੀ ਆ ਕੇ ਮੌਕਾ ਮੈਂ ਕੈਮਰੇ ਦੇ ਸਾਹਮਣੇ ਉਹਨੂੰ ਚਾਬੀ ਦੇ ਦੂੰਗਾ ਸਰ ਇਹ ਜਿਹੜੀ ਲੇਡੀਜ਼ ਆ ਇਹ ਇਕੱਲੀ ਇੱਥੇ ਰਹਿੰਦੀ ਜਾਂ ਇਹਨਾਂ ਦੇ ਨਾਲ ਹੋਰ ਵੀ ਰਹਿੰਦੇ ਇਹ ਮਾਲਕ ਆ ਇੱਥੇ ਦੇ ਐਕਚੁਅਲੀ ਹੁਣ ਪਤਾ ਨਹੀਂ ਮਾਲਕ ਆ ਕਿ ਕੌਣ ਹੈ ਜਾਂ ਰੈਂਟ ਤੇ ਲਿਆ ਕੁਝ ਨਹੀਂ ਪਤਾ ਇਹਦਾ ਕੀ ਹੈ ਪਰ ਇਦਾਂ ਆ ਵੀ ਇਹ ਰਾਤ ਨੂੰ ਇੱਥੇ ਨਹੀਂ ਰਹਿੰਦੀ ਇਹ ਦਿਨੇ ਦਿਨੇ ਇੱਥੇ ਕੰਮ ਕਰਕੇ ਜਾਂ ਰਾਤ ਨੂੰ ਇਕੱਲੀਆਂ ਲੇਡੀਜ਼ ਆਉਂਦੀਆਂ ਜਾਂ ਰਾਤ ਨੂੰ ਜਿਹੜੇ ਮੁੰਡੇ ਵੜ ਜੇ ਜਾਂ ਕੁੜੀਆਂ ਛੱਡ ਕੇ ਇੱਥੋਂ ਚੱਲ ਜਾਂਦੀ ਬਾਹਰੋਂ ਲੋਕ ਲਾ ਕੇ ਚੱਲ ਜਾਂਦੀ ਇੱਥੇ ਇਹ ਕੰਮ ਚੱਲਦਾ ਔਰ ਲੋਕਲ ਪੁਲਿਸ ਨੂੰ ਇਹਦੇ ਬਾਰੇ ਪਤਾ ਆ ਕਈ ਵਾਰੀ ਜਾਣੂ ਵੀ ਕਰਾਇਆ ਪਰ ਉਹ ਫਿਰ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਦਾ ਜਜਮੈਂਟਾਂ ਦਾ ਹਵਾਲਾ ਦੇ ਦਿੰਦੀ ਆ ਵੀ ਜਿਹੜਾ ਇਹ ਕੰਮ ਹੈਗਾ ਹੁਣ ਲੀਗਲ ਹੋ ਗਿਆ ਇੰਡੀਆ 'ਚ ਵੀ ਅਸੀਂ ਕੁਛ ਨਹੀਂ ਕਰ ਸਕਦੇ ਇਹੋ ਜਿਹੇ ਹਵਾਲੇ ਦੇ ਕੇ ਫਿਰ ਸਾਨੂੰ ਆਪਣੀ ਜਾਨ ਛਡਾ ਲੈਂਦੇ ਕੋਈ ਇਹਨਾਂ ਨੂੰ ਅਥੋਰਟਾਈਜ਼ ਲੈਟਰ ਵਗੈਰਾ ਇਹਨਾਂ ਨੂੰ ਦਿੱਤਾ ਵੀ ਇਹ ਰੱਬ ਜਾਣੇ ਜੀ ਉਹੀ ਜਾਣਦੇ ਆ ਸੋ ਸਾਨੂੰ ਤਾਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਦਾ ਕਹਿ ਦਿੰਦੇ ਆ ਵੀ ਉਹਨਾਂ ਦੀ ਜਜਮੈਂਟ ਆਈ ਹੈ ਇਹ ਆ ਵੋ ਆ ਪਰ ਹੁਣ ਮੁਹੱਲੇ ਦੀ ਸਵੇਅਰਨੈਸ ਨੂੰ ਦੇਖਦੇ ਦਿੱਕਤਾਂ ਨੂੰ ਦੇਖਦੇ ਅੱਜ ਇਹੀ ਹੈ ਵੀ ਹੁਣ ਲਾਸਟ ਟਾਈਮ ਆਪਣਾ ਇੱਥੇ ਲੋਕ ਲਾਉਣ ਲੱਗਾ ਜਿਹੜਾ ਵੀ ਬੰਦਾ ਆ ਜਿਹਨੂੰ ਮਕਾਨ ਜਿਹਨੇ ਖਰੀਦਿਆ ਉਹ ਮੈਤੋਂ ਅੱਗੇ ਚਾਬੀ ਲੈ ਜਾਵੇ ਤੁਹਾਡੀ ਇਸ ਲੇਡੀ ਨਾਲ ਗੱਲਬਾਤ ਹੋਈ ਜੀ ਮੇਰੀ ਹੁਣ ਇਹੀ ਗੱਲਬਾਤ ਹੋਈ ਪਰ ਉਹ ਲੋਕ ਲਾਨੂੰ ਹਜੇ ਮੰਨਦੀ ਨਹੀਂ ਪਈ ਉਹਨੂੰ ਮੈਂ ਸਮਝਾਉਂਦਾ ਪਿਆ ਵੀ ਥਾਣੋ ਥਾਣੀ ਫੇਰ ਹੋਵਾਂਗੇ ਇਸ ਲਈ ਜੋ ਹੈਗਾ ਕਲੇਸ਼ ਇੱਥੇ ਖਤਮ ਹੋ ਜਾਵੇ ਵੀ ਆਪਣਾ ਜਿਹਨੂੰ ਮਕਾਨ ਵੇਚਿਆ ਆਪਣੀ ਚਾਬੀ ਆ ਕੇ ਲੈ ਜਾਵੇ ਓਕੇ ਜਿੰਦਰਾ ਲਗਾਇਆ ਹੋਇਆ ਬਾਹਰੋਂ ਉੱਤੇ ਅਸੀਂ ਆਏ ਸੀ ਇੱਥੇ ਇੱਥੇ ਆ ਕੇ ਦੇਖਿਆ ਤੇ ਮੁਹੱਲੇ ਵਾਲਿਆਂ ਤੇ ਐਮਸੀ ਸਾਹਿਬ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਹੈ ਕਿ ਲੇਡੀ ਦੇ ਕੋਈ ਕੋਲ ਕੋਈ ਲੜਕਾ ਜਾਂ ਕੋਈ ਹੋਰ ਇਨਸਾਨ ਆਇਆ ਉਹ ਜਾਂ ਗੁਆਂਢੀਆਂ 'ਤੇ ਵੜ ਗਿਆ ਹੈਗਾ ਹੁਣ ਅਸੀਂ ਐਮਸੀ ਸਾਹਿਬ ਨੇ ਅਤੇ ਮੁਹੱਲੇ ਵਾਲਿਆਂ ਨਾਲ ਰਹਿ ਕੇ ਇਹਨਾਂ ਦੇ ਘਰ ਨੂੰ ਤਾਲਾ ਲਵਾ ਕੇ ਤਾਂ ਚਾਬੀ ਜਿਹੜੀ ਆ ਉਹ ਐਮਸੀ ਸਾਹਿਬ ਨੂੰ ਦੇ ਦਿੱਤੀ ਆ ਬਾਕੀ ਇਹ ਕਹਿੰਦੇ ਕਿ ਅਸੀਂ ਆਪਣਾ ਘਰ ਵੇਚ ਦਿੱਤਾ ਹੈਗਾ ਅਤੇ ਸੋਮਵਾਰ ਸਾਡੀ ਰਜਿਸਟਰੀ ਆ ਜਿਹੜਾ ਮਾਮਲਾ ਹੈ ਸੌਰਟ ਆਊਟ ਆ ਪਹਿਲੇ ਕੰਪਲੇਂਟ ਮੇਰੇ ਕੋਲ ਤਾਂ ਨਹੀਂ ਹੈਗੀ ਚਲੋ ਜੇ ਆਈ ਵੀ ਹੋਏਗੀ ਪਹਿਲਾਂ ਤਾਂ ਇਹਦਾ ਸੌਰਟ ਆਊਟ ਹੋ ਗਿਆ ਹੈ ਮੌਕੇ 'ਤੇ ਆ ਕੇ ਅਸੀਂ ਇਹਦਾ ਮਸਲਾ ਹੱਲ ਕਰ ਦਿੱਤਾ ਹੈਗਾ ਅਤੇ ਹੁਣ ਤਾਲਾ ਲਗਾ ਦਿੱਤਾ ਹਾਂਜੀ ਹੁਣ ਤਾਲਾ ਲਗਾ ਰਹੇ ਐਮਸੀ ਸਾਹਿਬ ਅਤੇ ਐਮਸੀ ਸਾਹਿਬ ਲਗਾ ਰਹੇ ਤਾਲਾ ਚਾਬੀ ਐਮਸੀ ਸਾਹਿਬ ਕੋਲ ਘਰ ਵਾਲੇ ਖੁਦ ਘਰ ਵਾਲੇ ਨਾਲ ਹੋ ਕੇ ਲੱਗ ਕੇ ਲਗਾ ਰਹੇ ਤਾਲਾ ਜੀ